ਮਾਈਸਰ ਖਾਨਾ ਵਿਖੇ ਹੋਏ ਕਤਲ ਦੇ ਮਾਮਲੇ ਦੇ ਵਿੱਚ 6 ਨੂੰ ਕੀਤਾ ਗ੍ਰਿਫਤਾਰ, 4 ਦੀ ਗ੍ਰਿਫਤਾਰੀ ਬਾਕੀ। ਬਠਿੰਡਾ ਦੇ ਐਸਐਸਪੀ ਨੇ ਕੀਤੀ ਮਿੰਨੀ ਸੈਕਟਰੀਏਟ ਵਿਖੇ ਪ੍ਰੈਸ ਕਾਨਫਰੰਸ। ਅੱਜ ਬਠਿੰਡਾ ਦੇ ਮਿੰਨੀ ਸੈਕਟਰੀਏਟ ਵਿਖੇ ਬਠਿੰਡਾ ਦੇ ਐਸਐਸਪੀ ਗੁਰਨੀਤ ਸਿੰਘ ਖਰਾਣਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਅਤੇ 20 ਦੀ ਦਰਮਿਆਨੀ ਰਾਤ ਨੂੰ ਮਾਈਸਰ ਖਾਨਾ ਮੇਲੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਦੇ ਉੱਤੇ 10 ਵਿਅਕਤੀਆਂ ਦੇ ਖਿਲਾਫ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਦੀ ਆਪਸੀ ਪਹਿਲਾਂ ਕੋਈ ਲੜਾਈ ਹੋਈ ਸੀ, ਇਸ ਨੂੰ ਲੈ ਕੇ ਇਹ ਬਾਅਦ ਦੇ ਵਿੱਚ ਕੁਝ ਵਿਅਕਤੀ ਆਏ ਅਤੇ ਇਹਨਾਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਇੱਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚੋਂ ਇਹਨਾਂ ਨੂੰ 6 ਵਿਅਕਤੀ ਇਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਅਤੇ 4 ਦੀ ਗ੍ਰਿਫਤਾਰੀ ਹਜੇ ਬਾਕੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸਪੀ ਡੀ ਅਜੇ ਗਾਂਧੀ, ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਐਸਐਚਓ ਕੋਟਫੱਤਾ ਅਤੇ ਸੀਆਈਏ ਦੇ ਇੰਚਾਰਜ ਤਰਲੋਚਨ ਸਿੰਘ ਵੀ ਸ਼ਾਮਲ ਸਨ। ਇੱਥੇ ਇੱਕ 20 ਤਰੀਕ ਦੀ ਰਾਤ ਨੂੰ ਲੜਾਈ ਝਗੜਾ ਹੋਇਆ ਸੀਗਾ, ਜਿਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀਗੀ। ਉਸ ਸਿਲਸਿਲੇ ਵਿੱਚ ਸਾਡੀ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਔਰ ਕੇਸ ਨੂੰ ਟਰੇਸ ਕੀਤਾ ਹੈਗਾ। ਇਹਦੇ ਸੰਖੇਪ ਹਾਲਾਤ ਇਸ ਤਰੀਕੇ ਨਾਲ ਹੈ ਕਿ ਮਨਦੀਪ ਸਿੰਘ ਨਿੱਕਾ ਨਾਮ ਦਾ ਇੱਕ ਮੁੰਡਾ ਸੀਗਾ, ਮੈਸਰਖਾਨਾ ਮੇਲੇ ਵਿੱਚ ਆਇਆ ਹੋਇਆ ਸੀ। ਇਹਦਾ ਨਾਲ ਇਹਦਾ ਸਾਥੀ ਸੀਗਾ ਰਣਜੀਤ ਸਿੰਘ ਭੋਲਾ। ਇਹਨਾਂ ਨੂੰ ਰਾਤ ਜਿਹੜਾ ਹੈਗਾ ਉੱਥੇ ਕੁਝ ਬੰਦੇ ਜਿਹੜੇ ਆਏ ਸੀਗੇ, ਮਨਦੀਪ ਸਿੰਘ ਨਿੱਕਾ ਔਰ ਜਗਦੀਪ ਸਿੰਘ ਦੀਪ ਦਾ, ਜਗਦੀਪ ਸਿੰਘ ਦੀਪ ਔਰ ਮੋਹਿਤ ਕੁਮਾਰ ਦੇ ਨਾਲ ਜਿਹੜਾ ਹੈਗਾ ਇਹਨਾਂ ਦਾ ਬੋਲ ਬੁਲਾਰਾ ਉੱਥੇ ਹੋ ਗਿਆ। ਛੋਟੀ ਜਿਹੀ ਚੀਜ਼ ਨੂੰ ਲੈ ਕਰਕੇ ਬੋਲ ਬੁਲਾਰਾ ਹੋਇਆ ਔਰ ਲੜਾਈ ਝਗੜਾ ਇਹਨਾਂ ਦਾ ਕਾਫੀ ਵੱਧ ਗਿਆ ਔਰ ਬਾਅਦ ਵਿੱਚ ਜਗਦੀਪ ਦੀਪ ਨੇ ਹੋਰ ਬੰਦੇ ਜਿਹੜੇ ਹੈਗੇ ਨੇ ਮੋਹਿਤ, ਸੰਦੀਪ, ਆਕਾਸ਼, ਸੁਖਵਿੰਦਰ ਤੇ ਪ੍ਰਦੀਪ ਕੁਮਾਰ ਔਰ ਹੋਰ ਵੀ ਬੰਦੇ ਹੈਗੇ ਨੇ 4, ਉਹਨਾਂ ਨੂੰ ਬੁਲਾ ਕਰਕੇ ਤੇਜ਼ ਧਾਰਾ ਹਥਿਆਰਾਂ ਨਾਲ ਜਿਹੜਾ ਹੈਗਾ ਉੱਤੇ ਹਮਲਾ ਕੀਤਾ, ਜਿਹਦੇ ਕਰਕੇ ਮੌਕੇ ਤੇ ਜਿਹੜਾ ਹੈ ਉਹ ਮਨਦੀਪ ਦੀ ਡੈਥ ਹੋ ਗਈ ਸੀ। ਸਾਡੀ ਸੀਆਈਏ ਦੀ ਟੀਮ ਨੇ ਔਰ ਥਾਣੇ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਇਸ ਕੇਸ ਨੂੰ ਟਰੇਸ ਕੀਤਾ ਹੈ। ਇਹਦੇ ਵਿੱਚ 6 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਗਏ ਨੇ ਔਰ 4 ਬੰਦੇ ਜਿਹੜੇ ਉਹ ਗ੍ਰਿਫਤਾਰ ਕਰਨੇ ਰਹਿੰਦੇ ਹੈਗੇ। ਆਪਸ ਲੜਾਈ ਹੋ ਗਈ ਔਰ ਉਹ ਲੜਾਈ ਨੂੰ ਅੱਗੇ ਵਧਦੇ ਹੋਏ ਪਹਿਲਾਂ ਇਹਨਾਂ ਨੇ ਉਹਨੂੰ ਕੁੱਟਤਾ, ਦੂਜੀ ਪਾਰਟੀ ਨੂੰ, ਔਰ ਫਿਰ ਉਹ ਬੰਦੇ ਇਕੱਠੇ ਕਰਕੇ ਆ ਕਰਕੇ ਫਿਰ ਜਿਹੜਾ ਹੈਗਾ ਹੈ ਮੋਹਿਤ ਕੁਮਾਰ ਪਾਰਟੀ ਜਿਹੜੀ ਰਣਜੀਤ ਸਿੰਘ ਭੋਲਾ ਪਾਰਟੀ ਹੈਗੀ ਹੈ, ਇਹਨੇ ਮਨਦੀਪ ਨੂੰ ਮੌਕੇ ਤੇ ਜਿਹੜਾ ਹੈਗਾ ਤੇਜ਼ ਧਾਰ ਹਥਿਆਰਾਂ ਨਾਲ ਮਾਰਤਾ। ਕਿੰਨੀ ਕੁ ਦੇਰ ਬਾਅਦ ਲੜਾਈ ਹੋਈ ਸਰ? 1.5 ਘੰਟੇ ਦਾ ਜਿਹੜਾ ਹੈਗਾ ਇਹਦੇ ਵਿੱਚ ਦਰਮਿਆਨ ਸੀਗਾ। ਜਾਣਦੇ ਸੀ ਆਪ ਨੇ, ਕਿਉਂਕਿ ਜਿਸ ਤਰ੍ਹਾਂ ਮੇਲੇ ਦਾ ਕੰਮ ਸੀਗਾ ਪਹਿਲਾਂ ਦਾ ਕੋਈ ਹੋਵੇ ਇਹਨਾਂ ਦਾ, ਉਹ ਬਾਕੀ ਤਫਤੀਸ਼ ਚੱਲਦੀ ਪਈ ਹੈ ਕਿ ਕਿੰਨਾ ਕਿੰਨਾ ਦਾ ਆਪਸ ਵਿੱਚ ਇੱਕ ਦੂਜੇ ਨੂੰ ਸਾਂਠ ਗਾਂਠ ਸੀਗੀ, ਜਾਣਦੇ ਸੀਗੇ ਕਿੰਨੀ ਜਾਣਦੇ ਸੀਗੇ, ਉਹ ਆਪਾਂ ਵੈਰੀਫਾਈ ਕਰ ਰਹੇ ਹੈਗੇ ਆ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਉੱਥੇ ਮੌਕੇ ਤੇ ਇੱਕ ਬੰਦਾ ਆਪਾਂ ਨੂੰ ਮਿਲਿਆ ਸੀਗਾ ਜਿਹਦੇ ਸੱਟਾਂ ਵੱਜੀਆਂ ਹੋਈਆਂ ਸੀਗੀਆਂ, ਉਹ ਬੰਦਾ ਵੀ ਉਸ ਵੇਲੇ ਲੜਾਈ ਦੇ ਵਿੱਚ ਸੀਗਾ। ਜਿਹੜਾ ਸ਼ੁਰੂ ਸ਼ੁਰੂ ਵਿੱਚ ਕਾਫੀ ਆ ਰਿਹਾ ਸੀਗਾ ਕਿ ਉਹਦਾ ਐਕਸੀਡੈਂਟ ਨਾਲ ਜਿਹੜਾ ਹੈਗਾ ਉਹਨੂੰ ਸੱਟਾਂ ਵੱਜੀਆਂ ਹੈਗੀਆਂ ਨੇ, ਉਹ ਸ਼ੁਰੂ ਵਿੱਚ ਉਹਨੇ ਸਾਰੀ ਗੱਲਾਂ ਲੁਕਾਈਆਂ ਸੀਗੀਆਂ, ਜਿਹਨੂੰ ਬਾਅਦ ਜਦੋਂ ਪੜਤਾਲ ਕੀਤੀ ਤਾਂ ਉਹਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਆਪਸ ਵਿੱਚ ਬੋਲ ਬੁਲਾਰਾ ਹੋਇਆ। ਪਹਿਲਾਂ ਇਹ ਪਾਰਟੀ ਅਗਰੈਸਰ ਸੀਗੀ, ਬਾਅਦ ਦੂਜੀ ਪਾਰਟੀ ਨੇ ਜਦੋਂ ਅਟੈਕ ਕੀਤਾ ਫਿਰ ਇਹਨਾਂ ਦਾ ਜਿਹੜਾ ਬੰਦਾ ਸੀਗਾ ਉਹਦੀ ਮੌਤ ਹੋ ਗਈ। ਹਾਂਜੀ, ਇਹਦੇ ਵਿੱਚ ਇੱਕ ਕਿਰਚ ਜਿਹੜੀ ਹੈਗੀ ਹੈ ਸੰਦੀਪ ਢਿੱਲੋਂ ਕੋਲੋਂ ਮਿਲੀ ਹੈਗੀ ਹੈ ਤੇ ਇੱਕ ਗਰਾਰੀ ਵਾਲੀ ਗਟਾਸੀ ਜਿਹੜੀ ਹੈਗੀ ਹੈ ਉਹ ਜਗਦੀਪ ਦੀਪੇ ਕੋਲੋਂ ਬਰਾਮਦ ਹੋਈ। ਇਹਦੇ ਚ ਬੰਦੇ ਜਿਹੜੇ ਹੈਗੇ ਨੇ ਉਹ ਪੁੱਛੋ ਦੇ ਵੀ ਰਹਿਣ ਵਾਲੇ ਹੈਗੇ ਨੇ, ਵੱਖ ਵੱਖ ਏਰੀਏ ਦੇ ਹੈਗੇ ਨੇ, ਜ਼ਿਆਦਾਤਰ ਪੁੱਛੋ ਮੰਡੀ ਦੇ ਹੀ ਇਲਾਕੇ ਦੇ ਵਸਨੀਕ ਹੈਗੇ ਨੇ। ਇਹਦੇ ਚ ਇੱਕ ਬੰਦਾ ਜਿਹੜਾ ਸੰਦੀਪ ਢਿੱਲੋਂ ਹੈਗਾ ਇਹਦੇ ਖਿਲਾਫ 382 ਦਾ ਖੋਹ ਦਾ ਪਰਚਾ ਪਹਿਲਾਂ ਦਰਜ ਹੈ, ਉਹਦੇ ਚ ਆਰਮਸ ਐਕਟ ਵੀ ਲੱਗਾ ਹੋਇਆ ਹੈਗਾ। ਬਾਕੀਆਂ ਦਾ ਜਿਹੜਾ ਰਿਕਾਰਡ ਹੈ ਹਜੇ ਤੱਕ ਸਾਫ਼ ਹੈ, ਬਾਕੀ ਡੂੰਘਾਈ ਨਾਲ ਉਹਦੀ ਪੜਤਾਲ ਚੱਲਦੀ ਪਈ। ਜਿਹੜੀ ਸੱਟਾਂ ਹੈਗੀਆਂ ਨੇ ਉਹਦੇ ਵਿੱਚ ਜਿਹੜੀ ਹੈਗੀ ਉਹ ਸ਼ਾਰਪ ਐਜ ਵੈਪਨ ਦੀ ਸੱਟਾਂ ਹੈਗੀਆਂ ਨੇ। ਬਾਕੀ ਹੁਣ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ, ਪੇਸ਼ ਕਰਾ ਕੇ ਅਦਾਲਤ ਚ ਇਹਨਾਂ ਦੀ ਪੁੱਛ ਪੜਤਾਲ ਹੋਰ ਕਰਾਂਗੇ, ਇੰਟਰੋਗੇਸ਼ਨ ਕਰਾਂਗੇ ਔਰ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਇੱਕ ਦੋਸ਼ੀ ਦੇ ਖਿਲਾਫ਼ ਪਹਿਲਾਂ ਇੱਕ ਮੁਕਦਮਾ ਦਰਜ ਹੈਗਾ ਸੰਦੀਪ ਢਿੱਲੋਂ ਦੇ ਖਿਲਾਫ਼, ਬਾਕੀਆਂ ਦਾ ਰਿਕਾਰਡ ਹਜੇ ਤੱਕ ਕਲੀਨ ਹੈਗਾ। ਬਾਕੀ ਫਿਰ ਵੀ ਆਪਾਂ ਫਰਦਰ ਵੈਰੀਫਾਈ ਕਰ ਰਹੇ ਹੈਗੇ ਕਿ ਕੋਈ ਹੋ ਸਕਦਾ ਉਹਨਾਂ ਦੇ ਖਿਲਾਫ਼ ਕੋਈ ਪੁਰਾਣਾ ਰਿਕਾਰਡ ਹੋਵੇ। ਨਹੀਂ, ਹਜੇ ਤੱਕ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹੈਗੀ ਹੈ। ਬਾਕੀ ਜਦੋਂ ਮੈਡੀਕਲ ਇਹਨਾਂ ਦਾ ਹੋਊਗਾ ਉਹ ਤੋਂ ਸਾਰੀ ਗੱਲਾਂ ਕਲੀਅਰ ਹੋਣਗੀਆਂ। ਦੇਖੋ ਜੀ, ਜਦੋਂ ਤਫਤੀਸ਼ ਸ਼ੁਰੂ ਕੀਤੀ ਸੀਗੀ ਆਪਾਂ ਸਾਰਿਆਂ ਕੋਲੋਂ ਪੁੱਛ ਪੜਤਾਲ ਕੀਤੀ ਸੀ ਕਿ ਇੱਥੇ ਹੋਇਆ ਕੀ ਹੈਗਾ, ਬਟ ਜਿਹੜਾ ਮੇਲੇ ਦੀ ਡਿਊਟੀ ਹੁੰਦੀ ਹੈ ਕਾਫੀ ਵਾਸਟ ਡਿਊਟੀ ਹੁੰਦੀ ਹੈਗੀ ਹੈ ਔਰ ਅਮੂਮਨ ਬੱਚੇ ਜਿਹੜੇ ਮੁੰਡੀਰ ਔਰ ਇਹ ਜਿਹੜੇ ਸਾਰੇ ਹੈਗੇ ਨੇ ਮੌਕੇ ਤੇ ਮੇਲੇ ਵਿੱਚ ਘੁੰਮਣ ਫਿਰਨ ਨੂੰ ਵੀ ਆਉਂਦੇ ਨੇ, ਦਰਸ਼ਨ ਕਰਨ ਨੂੰ ਵੀ ਆਉਂਦੇ ਨੇ। ਸਾਰਿਆਂ ਤੇ ਸ਼ੱਕ ਕਰਨਾ ਬੜਾ ਔਖਾ ਹੁੰਦਾ ਹੈਗਾ, ਬਟ ਜੇਕਰ ਕਿਸੇ ਦੀ ਅਣਗਹਿਲੀ ਪਾਈ ਜਾਊਗੀ ਤਾਂ ਉਸ ਹਿਸਾਬ ਨਾਲ ਵੀ ਕਾਰਵਾਈ ਆਪਾਂ ਕਰਾਂਗੇ। ਰਣਜੀਤ ਸਿੰਘ ਮਨਦੀਪ ਤਾਂ ਲੱਗਦਾ ਕੀ ਹੈ ਜਿਸ ਤਰ੍ਹਾਂ ਹਰਿਆਣੇ ਦਾ ਰਹਿਣ ਵਾਲਾ ਜੀ,
मेडिकल रिकॉर्ड है उस हिसाब कारवाई जी हजे तक यह गल नहीं आई है बाकी वेरीफाई करा उस चीज न देखा अगर जो आती है जरूर दसी करा हम उस एंगल आप देखते हैं बंद की गिरफ्तारी हुई है हम सीसीटीवी किस तरीके कोई वेपन आते हुए दिखाई देंगे कि नहीं देंगे है तफ्तीश में सारे एंगल्स विचारा गया और उस बेस से जरा है ट्रेस किया गया केस में सीसीटीवी भी देखे गए हैं उस वे मौके से जो लोग थे उन्होंने को पुछ पड़ताल भी की गई है जो भी सारा कुछ है वो तफ्तीश का पार्ट है टोटल 10 बंद आए ने 6 बंद गिरफ्तार हो गए ने 4 बंद की गिरफ्तारी हजे रही है शुरू में 4 बंद गिरफ्तार कर ले सके अपडेट मैं तुम्हें बाद दस देना है हजे मेरे को अपडेट नहीं है सर जिस तरह फेस्टिवल शुरू हो गए दिवाली भी आ रहे त्योहार भी आ रहे सुरक्षा की गल करिए चार इंपोर्टेंट शहर उस तो बाद काफी चंगी ड्यूटी मुलाजमान ने की है इतना ज्यादा ट्रैफिक प्रॉपरली लंघाया है और बिना इवेंट बिना किसी इंसीडेंट का जरा मैं कह लूँ कि अपना जरा त्यौहार था नवरात्रियाँ था और नाल जरा यह पूरा होया है अगे भी इसी तरीके आप काम करा कई बार ड्यूटी किसी वध हो जाने करके किसी एक पेट्रोलिंग पार्टी को अपना विड्रॉ करना पैंता है उन्होंने किसी होर पॉइंट से लगाना पैंता है तो दीज आर ऑल पार्ट एंड पार्सल ऑफ द ड्यूटी जेकर कितने कोई लगती है कि इतने पेट्रोलिंग पार्टी होनी चाहिए तो वक्रे तौर पर मेरे साझी कर लो वी विल इंश्योरली डिप्लॉय सम कंपोनेंट देयर जिद कि लोगों की सुरक्षा आप बंदोबस्त कर सकिए एक 20 तरीक की रात को लड़ाई झगड़ा होया सीगा जिदे विच एक बंदे की मौत हो गई सी उस सिलसिले विच साडी टीम ने काफ़ी चंगा काम किया और केस नूं ट्रेस किया है ये संखेप हालात इस तरीके नाल है कि मनदीप सिंह निक्का नाम का एक मुंडा सीगा मैसरखाना मेले में आया हुआ सी इहदा नाल इहदा साथी सीगा रणजीत सिंह भोला इन्हां नूं रात जिहड़ा हैगा उत्थे कुछ बंदे जिहड़े आए सीगे मनदीप सिंह निका और जगदीप सिंह दीप का जगदीप सिंह दीप और मोहित कुमार के नाल जिहड़ा हैगा इहनां दा बोल बुलारा उत्थे हो गया छोटी जी चीज़ नूं लै करके बोल बुलारा होया और लड़ाई झगड़ा इन्हों का काफ़ी वध गया और बाद विच जगदीप दीप ने होर बंदे जिहड़े हैगे ने मोहित संदीप आकाश सुखविंदर ते प्रदीप कुमार और होर भी बंदे हैगे ने चार उन्हां नूं बुला करके